मुदीरे खास आदर ये अखबार मुदीरे खास, ये जो हमारी खुसरी है ना, ये बूढ़ी हो चुकी है, तो कोई चौंधी चौंधी खुसरी लेके आ, अच्छी सी हो, टैट गुफिचू से टैट हो, बड़ा के ना लाया हूँ, ये तो छेक ले आ बात, खुसरी, तू तो बेकोर बेकार होंदी जानी ते कोड़क होंदी जानी, साड़िया मेर मेरिया की मेहरबानी है ਮੈਨੂੰ ਲਾਰਾ ਲਾਨੀ ਤੂੰ ਚਲੀ ਜਾਨੀ ਰੋਜ਼ ਕਿਤੇ ਪਤਾ ਨੀ ਜਾਨੀ ਹੈ ਮੇਰਾ ਵਜ਼ੀਰ ਵਜ਼ੀਰ ਦੇ ਨਾਲ ਅਗਲਾ ਗਿਆ ਹੈ ਘੰਟੇ ਦਾ ਵਜ਼ੀਰ ਗਿਆ ਤੇ ਅੱਠ ਕੇ ਨੀ ਆਇਆ ਖਰੇ ਕਿਤੇ ਗੁੱਲ ਹੋ ਗਿਆ ਮੈਨੂੰ ਬੈਠੇ ਬੈਠੇ ਨੂੰ ਨੀਂਦਰ ਚੜੀ ਖਲੋਤੀ ਹੈ ਦੂਸਰਾ ਵਜ਼ੀਰ ਆਦਰ ਸਲਾਮਤ ਕੁਦਰਿਆਂ ਦੇ ਡੇਰੇ ਤੇ ਜਾ ਚੋਂਦਾ 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 ਇੱਕ ਮੇਰਾ ਮੂੰਹ ਵੇ ਚੋਂਦਾ ਚੋਂਦਾ ਠੀਕ ਹੈ ਨਾ ਚੋਂਦਾ ਚੋਂਦਾ ਖੁਸਰਾ ਲੈ ਕੇ ਆ ਠੀਕ ਹੈ ਨਾ ਅਗਲਾ ਗਿਆ ਅਗਲਾ ਨੀ ਹਟ ਗਿਆ ਟਾਈਮ ਨਾ ਹਟੀ ਤੂੰ ਕੀ ਟੱਲੀ ਤੇ ਲੱਗੀ ਖਲੀ ਹੈ ਇਹ ਬੇਕਾਰ ਨੇ ਚੱਲ ਬੇਕਾਰ ਨੇ ਨਿਕਲ ਫੜਕੇ ਕਦੋਂ ਦੇ ਗਏ ਹੋਏ ਨੇ ਤੇ ਹਲੇ ਨੀ ਗੁੱਲ ਹੋਣੇ ਆਏ ਮੈਨੂੰ ਲੱਗਦਾ ਬਾਦਸ਼ਾਹ ਨੂੰ ਆਪ ਹੀ ਜਾਣਾ ਪੈਣਾ ਬਾਦਸ਼ਾਹ ਤੇਰੇ ਕੰਮ ਮੈਂ ਹੀ ਕਰਨੇ ਨੇ ਪਰੇਸ਼ਾਨ ਨਾ ਹੋ ਤੂੰ ਅੱਗੇ ਮੈਨੂੰ ਰੋਲਿਆ ਚੱਲ ਚੱਲੀਏ ਇਹਨਾਂ ਦਾ ਸੁਰ ਕਰਕੇ ਆਈਏ ਤੂੰ ਜਲਦੀ ਰੱਖੋ ਪੱਕਾ ਸੋਫੇ ਨੂੰ ਹੀ ਹੱਥ ਤੂੰ ਰੁਕ ਜਾ ਸਿੱਧਾ ਤਾਂ ਕਰ ਲੈਣ ਦੇ ਬਾਦਸ਼ਾਹ ਦੀ ਇੱਜ਼ਤ ਹੈ ਚੱਲ ਤੋਰ ਨੀ ਧੁਰ ਲੋ ਵੇ ਇਸ ਮਹੀਨੇ ਦੇ ਤੇਰੇ ਕਿੰਨਾ ਫੰਕਸ਼ਨ ਲੱਗਾ ਦੱਸ ਮੈਨੂੰ ਜ਼ਰਾ ਮੇਰਾ ਇਸ ਮਹੀਨੇ ਦਾ 1,60,000 ਦਾ ਲੱਗਾ ਮੈਨੂੰ 10,000 ਰੁਪਏ ਦੇ ਦਿਓ ਮੈਨੂੰ ਮੇਕਅਪ ਲੈਣਾ ਹੈ ਮੇਕਅਪ ਲੈਣਾ ਹੈ ਅੱਗੇ ਥੋੜਾ ਮੂੰਹ ਤੇ ਮਾਲਿਕ ਕੇ ਬੈਠੀ ਆਈ ਹੈ ਫਿਰ ਤੇ ਮੂੰਹ ਤੇਰਾ ਨਹੀਂ ਤੇਰਾ ਕਿੰਨਾ ਫੰਕਸ਼ਨ ਲੱਗਾ ਨਹੀਂ ਇਸ ਮਹੀਨੇ ਦਾ ਮੇਰਾ 1.5 ਲੱਖ ਲੱਗਾ ਨਹੀਂ ਤਮੀਜ਼ ਨਾ ਬੋਲਿਆ ਕਰ ਮੈਂ ਗੁਰੂ ਹਾਂ ਤੇਰਾ ਨਹੀਂ ਗੁਰੂ ਸਹੀ ਬੋਲ ਰਹੀ ਹਾਂ ਚਲੋ ਠੀਕ ਹੈ 1.5 ਲੱਖ ਦਾ ਲੱਗਾ ਤੇ ਫੇਰ ਕੀ ਹੈ ਇਸ ਤਰ੍ਹਾਂ ਕਰੇ 1,00,000 ਰੱਖ ਲਈ ਤੇ 50,000 ਮਿਲਦੇ ਆ ਦੀ ਮੈਂ ਘਰ ਕਰਾਉਣਾ ਘਰ ਕਰਾਉਣਾ ਇੱਥੇ ਮਸ਼ੀਨ ਲੱਗੀ ਨਟਾਂ ਵਾਲੀ ਤੁਹਾਨੂੰ ਦੇ ਦਿਆਂ ਘਰ ਕਰਾਉਣਾ ਇੱਥੇ ਤਾਂ ਖਰਚੇ ਕਿੰਨੇ ਚਲਾਉਣੇ ਨੇ ਵੀ ਗੁਰੂ ਚੰਪਾ ਕੋਲ ਵੀ ਪੁੱਛ ਲਾ ਨਹੀਂ ਚੰਪਾ ਤੇਰਾ ਕਿੰਨਾ ਫੰਕਸ਼ਨ ਲੱਗਾ 2,00,000 ਲੱਗਾ ਗੁਰੂ ਹਾਏ ਹਾਏ ਵੇਖ ਮੇਰੀ ਖੁਸਰੀ ਦਾ ਸਟੇਟਸ ਜ਼ਰਾ ਚੈੱਕ ਕਰ ਇਹਦਾ 2,00,000 ਦਾ ਫੰਕਸ਼ਨ ਲੱਗਾ ਈ ਗੁਰੂ 5,000 ਰੁਪਿਆ ਮੈਨੂੰ ਹੀ ਦੇ ਦੇ 5,000 ਵਾਲਾ ਮੂੰਹ ਹੈ ਤੇਰਾ ਵਾਲੇਕਮ ਗੁਰੂ ਜੀ ਕੀ ਹਾਲ ਹੈ ਵਾਲੇਕਮ ਸਲਾਮ ਵੇ ਨੇ ਦੇ ਹੋਣੀ ਬੈਣ ਦੇ ਫਿੱਟੇ ਮੂੰਹ ਵੇ ਤੇਰਾ ਮੇਰੀ ਖੁਸਰੀ ਨੂੰ ਕਹਿ ਰਿਹਾ ਤੇਰੇ ਕੋ ਬੋਣ ਰਹੀ ਆ ਤੇਰਾ 1.5 ਲੱਖ ਦਾ ਫੰਕਸ਼ਨ ਲੱਗਾ ਤੇਰੇ 1,60,000 ਦਾ ਲੱਗਾ ਫੰਕਸ਼ਨ ਹਾਂਜੀ ਤੇਰਾ 2,00,000 ਦਾ ਲੱਗਾ ਤੇ ਚਲੋ ਘਰ ਦੇ ਕਿਰਾਏ ਕਰੂ ਦੇ ਲਈਏ ਬਿੱਲ ਬੁੱਲ ਦੇ ਲਈਏ ਆਪਾਂ 50,000 ਦੇ ਮੈਂ ਘਰ ਕਰਾਉਣਾ ਵਾ ਕਿਉਂ ਘਰ ਵਾਲੇ ਤੇਰੇ ਅੱਗੇ ਮਿੱਟੀ ਖਾਣ ਰਹੇ ਨੇ ਤੇਰੀ ਕਮਾਈ ਤੇ ਚੱਲਦੇ ਨੇ ਅੱਗੇ ਤਾਂ ਨੇ ਤੁਰ ਤੁਰ ਕਰਕੇ ਤੇ ਘਰੋਂ ਕੱਢ ਦਿੱਤਾ ਹੈ ਨੀ ਇਹਨੇ ਤੁਰ ਤੁਰ ਕਰਕੇ ਘਰੋਂ ਕੱਢ ਦਿੱਤੇ ਨੇ ਹੁਣ ਕਮਾਈ ਨਹੀਂ ਖਾਂਦੇ ਨੇ ਆ ਵੇ ਗੁਰੂ ਇਹ ਵੀ ਗੁੱਲਾ ਹਾਂ ਬਾਸ਼ਾ ਨਾ ਤਾਂ ਮੈਨੂੰ ਇੰਨੀ ਦੇਰ ਹੋ ਗਈ ਜ਼ਲੀਲ ਹੁੰਦਿਆਂ ਪਰ ਆ ਖੁਸਰੇ ਮੇਰੇ ਸਹੀ ਇਹਦੇ ਨਾਲ ਜ਼ਿਆਦਾ ਮੈਨੂੰ ਪੈਸੇ ਦਿਸ ਤੇ ਮੈਂ ਇਹਨਾਂ 'ਚ ਭਰਤੀ ਹੋ ਜਾਣਾ ਬਾਦਸ਼ਾਹ ਨੂੰ ਕਰਾਉਣਾ ਠੁੱਡਾ ਤੇ ਇੱਥੇ ਭਰਤੀ ਹੋ ਜਾਣਾ ਗੁਰੂ ਨਾਲ ਮੈਂ ਕਰਦਾ ਵਾਂ ਗੱਲ ਬਾਦਸ਼ਾਹ ਨੂੰ ਕਿੱਕ ਕਰਾਉਣਾ ਠੀਕ ਹੈ ਨਾ
ਹਾਂ ਤੇ ਚਲੋ ਬਿੱਲ ਤਾਰ ਕੇ ਸਾਰਿਆਂ ਨੂੰ ਸਾਫ ਕਰਕੇ ਦੇਣੇ ਆ ਮੈਂ ਜਿੰਨੇ ਜਿੰਨੇ ਤੁਹਾਡੇ ਬਣਦੇ ਨੇ। ਗੁਰੂ ਜੀ ਕੱਪੜਾ ਕਿਉਂ ਰੱਖਿਆ ਤੁਹਾਡੀ ਲੱਤਾਂ ਨੀ ਹੈਗੀਆਂ? ਵੇ ਨਾ ਕਰ ਵੇ ਤੂੰ ਤਮੀਜ਼ ਕਰ, ਤੂੰ ਕਿਹੜੇ ਕੰਮ ਆਇਆ ਮੈਨੂੰ ਦੱਸ ਦੇ। ਅੱਛਾ ਗੁਰੂ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈਗੀ ਸੀ। ਕੀ ਗੱਲ ਕਰਨੀ ਦੱਸ? ਤੁਹਾਡਾ ਕਾਰੋਬਾਰ ਵੇਖਿਆ ਤੁਹਾਡਾ ਚੰਗਾ, ਬਾਦਸ਼ਾਹ ਨੇ ਤੇ ਮੇਰੀ ਸਾਰੀ ਜ਼ਿੰਦਗੀ ਤਬਾਹ ਕਰ ਦਿੱਤੀ, ਉਹ ਲਾਂਤੀ ਅਫੀਨਾ ਜਾਂ ਕਿਹਦੇ ਹੈਗਾ, ਤੇ ਮੈਂ ਤੁਹਾਡੇ ਵਿੱਚ ਪਰਥੀ ਆਉਣਾ ਹੈ। ਸਾਡੀ ਫਾਂ ਚ ਪਰਥੀ ਆਉਣਾ? ਲੈ ਲੈ ਕਿੱਡੀ ਖੁਸ਼ੀ ਵਾਲੀ ਗੱਲ ਹੈ, ਮੈਂ ਤੁਹਾਡੇ ਵਿੱਚ ਕਰ ਲਵਾਂਗਾ। ਕਰ ਲੇਗਾ? ਸਾਡੇ ਹੋਰ ਵੀ ਬੜੇ ਫੰਕਸ਼ਨ ਨੇ, ਕਰ ਲੇਗਾ? ਜਾਣਾ ਫੰਕਸ਼ਨ ਕਰਨ? ਚੱਲ ਨੀ, ਇਹਨੂੰ ਤਿਆਰ ਕਰਕੇ ਲਿਆ ਜ਼ਰਾ ਟੈਟ ਜਿਹਾ ਕਰਕੇ, ਠੀਕ ਹੈ ਨਾ? ਠੀਕ ਹੈ ਗੁਰੂ, ਇਦਾਂ ਕਰਾਂਗੀ ਇਹਦੀ। ਆ ਲਾਲੀ ਦੇ ਵੀ ਲਾ ਦੇ। ਆ ਚੁੱਪ ਕਰ ਵੇ, ਸਾਡੀ ਚ ਪਰਥਾ ਉਹਨਾਂ ਦਾ ਬਦਤਮੀਜ਼ੀ, ਸਾਡੇ ਸਾਨੂੰ ਪੋਰਾ ਨੀ ਪਸੰਦ ਮੈਨੂੰ। ਚੱਲ ਜਾ ਨੀ, ਇਹਨੂੰ ਲੈ ਕੇ ਜਾ, ਤਿਆਰ ਕਰਕੇ ਲਿਆ, ਸੋਹਣਾ ਜਿਹਾ ਟੈਟ ਜਿਹਾ ਕਰਕੇ ਤਿਆਰ ਕਰਕੇ ਲਿਆ ਜਾ। ਚੱਲ ਨੀ ਜਾ, ਇਹਨੂੰ ਤਿਆਰ ਕਰਕੇ ਲਿਆ, ਚਲਤੀ ਜਾ। ਆਪਾਂ ਨੂੰ ਮਾਸ਼ਾਅੱਲਾ ਇਹ ਜਿਹੜਾ ਸੀਜ਼ਨ ਹੈ ਆਪਣਾ ਚੰਗਾ ਲੱਗ ਗਿਆ ਜੇ। ਹਾਂ ਵੀ ਗੁਰੂ, ਇਹ ਵੀ ਗੱਲ ਆ, ਯਕੀਨ ਜਾਣੇ ਕਿ ਪਿਛਲੇ ਮਹੀਨੇ ਤਾਂ ਨੀਰਾ ਮੰਦਾ ਹੀ ਰਿਹਾ, ਬਿਲਕੁਲ ਮੰਦਾ ਰਿਹਾ। ਬਿਜਲੀ ਦਾ ਬਿੱਲ ਵੀ ਨਹੀਂ ਤਰਿਆ। ਹਾਂ ਉਹ ਜਿਹੜਾ ਛੱਬੂ ਛੱਬੂ ਜਿਹੜਾ ਕਹਿੰਦਾ ਸੀਗਾ। ਵਾਲੇਕੁਮ ਗੁਰੂ ਜੀ। ਵਾਲੇਕੁਮ ਸਲਾਮ ਜੀ, ਬਹਿ ਜਾ, ਕੀ ਖੈਰੀ ਖੈਰੀ ਆਇਆ? ਗੁਰੂ ਜੀ ਸਾਡਾ ਇੱਕ ਵਜ਼ੀਰ ਆਇਆ। ਕਿਹੜਾ ਤੁਹਾਡਾ ਵਜ਼ੀਰ ਵੇ? ਇੱਥੇ ਕੋਈ ਸਲਾਮਤ ਨੇ ਕੱਲੇ ਸੀ ਤੁਹਾਨੂੰ ਲੈਣ ਵਾਸਤੇ। ਵੇ ਕੋਈ ਇੱਥੇ ਵਜ਼ੀਰ ਵਜ਼ੂਰ ਨਹੀਂ ਆਇਆ, ਕਿਹੜੇ ਵਜ਼ੀਰ ਦੀ ਗੱਲਾਂ ਕਰਨ ਡਿਆ? ਇੱਕ ਮਿੰਟ ਚੁੱਪ ਕਰ ਜਾਵੇ। ਜਿਹੜਾ ਤੇਰਾ 1,60,000 ਆਇਆ ਸੀ ਨਾ ਬਿੱਲ, ਬਾਅਦ ਚ ਤਾਰ ਲਾਂਗੇ, ਤੂੰ ਪਹਿਲੇ ਆਪਣੇ ਘਰ ਕਢਾ ਲਾ, ਜਾਂ ਮੇਕਅਪ ਲੈਣੇ ਲੈ ਆ। ਤੂੰ ਘਰ ਕਰਾਉਣਾ ਸੀ? 50,000 ਘਰ ਕਰਾਉਣਾ ਵਾ। ਤੇ ਘਰ ਕਰਾ ਲਾ, ਠੀਕ ਹੈ ਨਾ, ਤੇ ਫੇਰ ਆਪਾਂ ਬਾਕੀ ਬਾਅਦ ਚ ਕਰ ਲਾਂਗੇ, ਠੀਕ ਹੈ ਨਾ? ਹਾਂ, ਅੱਜ ਸ਼ਾਮ ਨੂੰ ਪੈਸੇ ਘਰ ਕਢਾ ਦੇਣਾ, ਠੀਕ ਹੈ ਨਾ? ਹਾਂ ਕੀ ਹੈ ਵੇ, ਵਾਕਿਆ ਕੀ ਹੈ, ਮੇਰੀਆਂ ਮੂਰਤਾਂ ਇੰਨੇ ਪੈਸੇ ਐਵੇਂ ਕਮਾਉਂਦੀਆਂ ਨੇ ਜੋ ਤੈਨੂੰ ਕਿਤੇ ਨੀ ਚੇਲਾ? ਇੱਕ ਹੋਰ ਭਰਤੀ ਹੋ ਗਈ। ਹਾਏ ਹਾਏ, ਵੇ ਆ ਵੇਖ ਮੇਰੀ ਗੱਲ ਸੁਣ, ਨਾਲੇ ਲਵਾ ਜੇ ਛੂ ਰਹੀ, ਇਹਨੇ ਤਾਂ ਪਸੰਦ ਵੀ ਬੜੇ ਕਰਨਗੇ। ਵੇ ਬੋਲਿਆ ਕਰ ਵੇ, ਇਹਨੂੰ ਕੀ ਬੋਲਾਂ, ਤਿਆਰ ਕਰੋ ਇਹਨੂੰ ਵੀ। ਵੇ ਜਾ ਉੱਥੇ ਜਾ, ਤੇ ਉੱਥੇ ਸਾਡੀ ਮੂਰਤੀ ਤਿਆਰ ਹੋਣ ਡਈ ਓ, ਤੂੰ ਵੀ ਜਾ ਹੋ ਕੇ ਆ ਤਿਆਰ, ਤੇ ਮਿੰਟਾਂ ਦੇ ਵਿੱਚ ਆ। ਆਏ ਹਾਏ, ਅੱਜ ਤੇ ਪਤਾ ਨੀ ਅੱਲਾ ਨੇ ਕਿਹੜੇ ਪਸ ਦਿਨ ਚੜਾਤਾ ਹੈ, ਅੱਜ ਤੇ ਆਈ ਜਾ ਰਹੇ ਨੇ ਅੱਗੇ ਕਰਕੇ ਇਹਨੂੰ ਕੱਲ ਕਰਦੀ। ਨਹੀਂ ਨਹੀਂ, ਕਰਾਚੀ ਇਹਨੂੰ ਪਿੰਡੀ ਕਲਾਵਾਂਗੇ। ਕਰਾਚੀ ਕਿਉਂ ਕਲਾਣਾ ਈ ਵੇ, ਟੁੱਟ ਪੈਣੇ ਆ ਉਹ ਦੂਈ ਮੂਰਤ ਤਿਆਰ ਨੀ ਹੋਈ, ਜਾ ਉਹਨੂੰ ਲੈ ਕੇ ਤੇ ਆ, ਜਾ ਨੱਸ ਕੇ ਜਾ, ਬੰਦੇ ਘੱਲਦੇ ਉਹਨੂੰ। ਚੱਲ ਚੱਲ ਜਲਦੀ ਜਾ, ਉਹਨੂੰ ਲੈ ਕੇ ਆ, ਤੂੰ ਮਿੰਟ ਮਾਰ ਕੇ ਜਾ ਵੇ, ਫਿੱਟੇ ਮੂੰਹ ਤੇਰਾ ਦੇ ਗੰਦੇ ਖੁਸਰੇ ਆ, ਅਗਰ ਛੇਤੀ ਅਟ ਕੇ ਆ, ਤੁਰਦੀ ਵੇਖੇ ਨਾ ਜਿਵੇਂ ਪੈਰਾਂ ਚ ਛਾਲੇ ਪੈ ਸੂ, ਕਿਹੜੇ ਭੁੰਨੀ ਛਾਲਾ। ਮੈਨੂੰ ਤਾਂ ਦੇ 50,000, ਮੈਂ ਘਰ ਕਲਾਵਾਂ। 50,000 ਸ਼ਾਮ ਨੂੰ ਲੈ ਲਈ ਤੈਨੂੰ, ਹੁਣੇ 50,000 ਮੈਂ ਦੇ ਦਿਆਂ। ਆਪਣੇ ਕੋਲ ਹੁਣ 2 ਨਵੇਂ ਭਰਤੀ ਹੋਏ ਨੇ, ਉਹਨਾਂ ਨੂੰ ਬੁਲਾ ਨਾ, ਜਲਦੀ ਕਰ ਉਹਨਾਂ ਨੂੰ। ਓ ਲੈ ਆਓ, ਕਿੱਥੇ ਰਹਿ ਗਏ, ਮਰ ਜਾਣੇ ਸ਼ਾਲਾ, ਕੀੜੇ ਪੈਣ ਤੁਹਾਨੂੰ। ਆਏ ਹਾਏ, ਮੂਰਤ ਕਿਹੜੀ ਸੋਹਣੀ ਲੱਗਦੀ ਪਈ ਐ ਨੀ। ਫੰਕਸ਼ਨ ਤੇ ਕਦੋਂ ਜਾਣਾ? ਫੰਕਸ਼ਨ ਤੇ ਕਰਵਾਉਂਦੀ ਮਾੜੀ ਜੀ, ਤੇਰੀ ਪ੍ਰੈਕਟਿਸ ਕਰਵਾਉਣੇ ਆ, ਫੇਰ ਤੈਨੂੰ ਲੈ ਕੇ ਜਾਵਾਂਗੇ ਫੰਕਸ਼ਨ, ਬਹਿ ਜਾਣੀ ਫਿੱਟੇ ਮੂੰਹ ਤੇਰਾ। ਆਏ ਹਾਏ ਨੀ, ਆ ਲਵੀ ਖੁਸਰੀ ਕਿੱਡੀ ਕਿ ਸੋਹਣੀ ਲੱਗ, ਤਿਆਰ ਹੋ ਕੇ ਆ। ਕਿਉਂ ਚਾਦਰ ਕਰਾ ਕੇ ਲੈਣ ਦੀ, ਕੋੜਾ ਪਹਿਣ ਦੇ ਉਤੋਂ, ਇਹਦੇ ਵਾਲ ਵੂਲ ਹੁਣ ਵੱਡੇ ਕਰਾ ਲਓ, ਪ੍ਰੈਸ ਕਰਵਾ ਦੋ ਉਹਨਾਂ ਦੀ, ਸਾਰੇ ਵਾਲ ਵੱਡੇ ਨਹੀਂ, ਥੋੜੇ ਜਿੱਥੇ ਠੁਮਕੇ ਲਾ ਕੇ, ਤੂੰ ਪੈਂਦੇ ਇਹਨੂੰ ਖਾ ਨੀ ਠੁਮਕੇ ਮਾੜੇ ਜੇ, ਨਾਲ ਥੋੜੇ ਜਿਹਾ ਗਾਣਾ ਗਾ ਕੇ ਵਿਖਾ ਇਹਨਾਂ ਨੂੰ ਕਿਵੇਂ ਨੱਚਣਾ ਹੈ।
ਚੱਲ ਹੁਣ ਬਹਿ ਜਾ ਬਸ ਕਰ, ਗੰਦੀ ਖੁਸਰੀ ਨਾ ਹੋਵੇ ਤਾਂ ਚੱਲ ਨੀ ਇੱਥੇ ਆ ਮਾੜਾ ਜਾ ਨੱਚ ਕੇ ਥੋੜੇ ਠੁਮਕੇ ਵਿਖਾ, ਨੱਚਣਾ ਨੀ ਪਰਥੀ ਹੋ ਗਏ ਤੇ ਚੱਲ ਥੋੜਾ ਥੋੜਾ ਜਿਹਾ ਨੱਚ ਕੇ ਵਿਖਾ, ਠੁਮਕੇ ਲਾ ਕੇ ਵਿਖਾ, ਕਿੰਨਾ ਵੀ ਆਂਦਾ ਤੈਨੂੰ ਵਿਖਾ ਦੇ ਕੋਈ ਗੱਲ ਨੀ, ਜਿਹੜੇ ਇੱਥੇ ਆਂਦੇ ਨੇ ਸ਼ੁਰੂ ਸ਼ੁਰੂ ਤੋਂ ਕਿਸੇ ਨੂੰ ਵੀ ਕੁਛ ਨੀ ਆਂਦਾ ਹੁੰਦਾ। ਲੈ ਬਹਿ ਜਾਵੇ ਫਿੱਟੇ ਮੂੰਹ ਤੇਰਾ, ਉਂਝ ਖੁਰਸਰਿਆਂ ਚ ਪਰਥੀ ਹੋਣ ਵਾਲਾ ਟੁਰਿਆ ਆ। ਚੱਲ ਖਾ ਥੋੜਾ ਜਿਹਾ ਲੱਗ ਹਿਲਾ ਕੇ ਵਿਖਾ, ਲੰਮਾ ਲੱਗ ਆਦਾ, ਲੰਮਾ ਲੱਗ ਹਿਲਾ ਕੇ ਵਿਖਾ। ਆਏ ਹਾਏ ਮੇਰੇ ਦਿਲ ਤੇ ਛੁਰੀਆਂ ਪਈ ਮੱਜਣ ਡਈਆਂ ਨੇ ਜੀ, ਮੇਰੇ ਤੋਂ ਲੱਖ ਲਾਇਆ ਇਹਨੂੰ ਸਿਖਾ ਲਾਂਗੇ ਕੁਛ ਵੀ ਨੀ ਹੁੰਦਾ। ਵੀ ਤੁਹਾਡਾ ਫਿੱਟੇ ਮੂੰਹ ਵੇ ਬਾਦਸ਼ਾਹ ਕਿੱਧਰ ਆ ਗਿਆ? ਬਾਦਸ਼ਾਹ ਪਿੱਛੇ ਆ ਗਿਆ ਸਾਡਾ। ਹੈ ਨਹੀਂ ਇਹ ਨਹੀਂ ਪਰਾਂ ਹੋ ਤੁਮ। ਵਾਲੇਕਮ ਸਲਾਮ ਵੇ, ਬਾਦਸ਼ਾਹ ਸਾਡੀ ਸਲਤਨਤ ਤੇ ਕਿਵੇਂ ਗੇੜਾ ਮਾਰ ਲਿਆ? ਮੇਰਾ ਦਿਲ ਕੀਤਾ ਮੂਰਤਾਂ ਨੂੰ ਵੇਖਾਂ ਵੇ, ਪਰਾਂ ਉੱਠ ਕੇ ਬਹੁ ਵੇ ਗੁਰੂ ਵੇ ਬਾਦਸ਼ਾਹ ਹੋਏ ਪਰਾਂ ਉਹ ਨਹੀਂ ਬਾਦਸ਼ਾਹ ਦੀ ਸੁਣ, ਬਾਦਸ਼ਾਹ ਪੌਂਕਣ ਦੇ ਕੁੱਤਾ ਪੌਂਕਣ ਦੇ। ਆਜੋ ਆਜੋ ਬਾਦਸ਼ਾਹ, ਮੇਰੇ ਦੋ ਵਜ਼ੀਰ ਆਏ ਸੀ ਇੱਥੇ, ਬਹਿ ਜਾਓ ਇੱਕ ਵਾਰੀ ਦੱਸਣੇ ਤੁਹਾਡੇ ਕੋਈ ਵਜ਼ੀਰ ਵਜ਼ੂਰ ਨਹੀਂ ਸਾਡੇ। ਸੋਹਣੀ ਲੱਗਣ ਦੀ ਹਾਏ ਵੇ, ਤੂੰ ਨਾਲੇ ਹੀ ਰਵੀ ਮੇਰੇ ਮੱਕੀ ਹੋਈ ਨਾਲ ਹੀ ਦੇ। ਮੇਰੀ ਗੱਲ ਸੁਣ ਬਾਦਸ਼ਾਹ, ਕਿਵੇਂ ਸਾਡੇ ਤੇ ਚੱਕਰ ਲੱਗਿਆ? ਆਏ ਹਾਏ ਮੇਰਾ ਦਿਲ ਖਰਾਬ ਹੁੰਦਾ ਹੁਣ ਤੇਰੇ ਤੇ, ਹੁਣ ਮੇਰੇ ਦਿਲ ਖਰਾਬ ਹੋ ਰਿਹਾ ਤੇਰੇ। ਬਾਦਸ਼ਾਹ ਕਿੱਦਾਂ ਸੋਹਣਾ ਤੂੰ, ਮੇਰੀ ਮਾਂ ਵੀ ਇਹੀ ਕਹਿੰਦੀ। ਐਡਾ ਵੀ ਸੋਹਣਾ ਕੋਈ ਨੀ ਫਿੱਟੇ ਮੱਕੀ ਆ ਬਾਦਸ਼ਾਹ। ਬਾਦਸ਼ਾਹ ਕਿਵੇਂ ਚੱਕਰ ਲੱਗਾ? ਗੁਜ਼ਰ ਰਹੀ ਕੰਮ ਕੁੰਮ ਵਾਵਾ ਕੰਮ ਮਾਸ਼ਾਅੱਲਾ। ਐਦਕੀ ਸਾਡੀਆਂ ਮੂਰਤਾਂ ਨੇ ਇਹਨੇ 1,60,000 ਦਾ ਫੰਕਸ਼ਨ ਕੀਤਾ, ਇਹਨੇ 1.5 ਲੱਖ ਦਾ ਕੀਤਾ, ਇਹਨੇ 2 ਲੱਖ ਦਾ ਕੀਤਾ। ਫੰਕਸ਼ਨ ਸਾਡੇ ਬੜੇ ਐ ਕਿ ਇਸ ਮਹੀਨੇ ਤੇ ਮਾਸ਼ਾਅੱਲਾ ਬੜੇ ਸੋਹਣੇ ਰਹਿਣ ਸਾਡੇ ਫੰਕਸ਼ਨ। ਗੁਰੂ ਮਰ ਜਾਣੇ ਗੁਰੂ, ਤੂੰ ਤਾਂ ਮੌਜ ਵਿੱਚ ਐ। 2 ਸਿਲੈਕਟ ਹੋ ਗਏ ਨੇ, 2 ਨਵੇਂ ਭਰਤੀ ਕੀਤੇ ਨੇ। ਕਾ ਭਰਤੀ ਕੀਤਾ ਈ ਉਹ ਫਿੱਟੇ ਮੂੰਹ? ਇਹ ਤਾਂ ਮੇਰੇ ਵਜ਼ੀਰ ਨੇ। ਆ ਵੀ ਤੇਰਾ ਵਜ਼ੀਰ ਐ, ਥੱਲੇ ਲਾ ਨੀ ਲਾ ਕੇ ਵਿਖਾ ਕੁਛ ਨੀ ਹੁੰਦਾ। ਇਹ ਲਾ, ਇਹ ਵੀ ਤੇਰਾ ਵਾ ਗੁਰੂ ਵਾ। ਇਹ ਕਹਿੰਦੇ ਬਾਦਸ਼ਾਹ ਮਕਣਾ ਤੀਸ ਤੇਰੇ ਕੋਲ ਹੈਗਾ, ਬੜਾ ਖਿੱਚਣਾ ਇਹਨਾਂ ਨੂੰ। ਵੇ ਕੀ ਕਰਾਂ, ਉਹਨਾਂ ਨੇ ਕਿਹਾ ਬਾਦਸ਼ਾਹ ਕੋ ਤੇ ਸਾਨੂੰ ਲੱਭਦਾ ਹੀ ਕੱਖ ਨਹੀਂ, ਤੇ ਇੱਥੇ ਆ ਗਏ ਨੇ ਪਰਤੀ ਸਾਡੀ ਕਮਾਈ ਸੁਣ ਕੇ। ਤੁਹਾਡੀ ਬੜੀ ਕਮਾਈ ਐ, 2-2.5 ਲੱਖ ਰੁਪਿਆ ਦੀ ਕਿ 3-4 ਲੱਖ ਦਾ ਸਾਡਾ ਇਹ ਮਹੀਨਾ ਲੰਘਿਆ। ਹੁਣ ਆ ਵੀ ਮਹੀਨਾ ਸਾਡਾ ਸੀਜ਼ਨ ਦਾ ਹੀ, ਫੋਨ ਤੋਂ ਫੋਨ ਆਈ ਜਾ ਰਹੇ ਨੇ। ਮੈਂ ਕਿਹਾ ਨਹੀਂ ਸਾਡੀਆਂ, ਮੈਂ ਆ ਕੁੜੀਆਂ ਨੂੰ ਅੱਜ ਦੀ ਛੁੱਟੀ ਦਿੱਤੀ ਹੋਈ ਹੈ ਵੀ ਅੱਜ ਛੁੱਟੀ ਕਰੋ ਤੁਸੀਂ, ਘਰ ਬਹੁਤ ਇੰਜੋਏ ਕਰੋ। ਗੁਰੂ ਮੈਂ ਤਾਂ ਤੇ ਆਪਦੀ ਸਲਤਨਤ ਤੇ ਸਾਰਾ ਦੇ ਮੂੰਹ ਟਾੜ ਕੇ ਬੈਠਾ ਰਾਂ, ਮੱਖੀਆਂ ਉਡਾਉਂਦਾ ਰਾਂ। ਕੋਈ ਨੀ, ਬੁਰੇ ਮੰਦੇ ਚੱਲ ਰਹੇ ਨੇ, ਵਜ਼ੀਰ ਵੀ ਨੀ ਮੰਨਦੇ ਮੇਰੀ, ਸਵਾਣੀ ਵੀ ਨੀ ਮੰਨਦੀ, ਆ ਮਲਕਾ ਵੀ ਨੀ ਮੰਨਦੀ। ਤੇ ਬਾਦਸ਼ਾਹ ਸਾਡੇ ਚ ਆ ਜਾ ਤੇ ਸਾਰੇ ਮੰਨਣਗੇ। ਜਗ੍ਹਾ ਹੈ, ਜਗ੍ਹਾ ਬੜੀ, ਤੂੰ ਆਉਣ ਵਾਲਾ ਬਣ ਜਰਾ। ਚੱਲ ਠੀਕ ਆ ਭਾਈ ਬਾਦਸ਼ਾਹ, ਇਹ ਮਿਹਨਤ 2 ਲੱਖ ਕਮਾਵੇਗਾ। ਚਾਹ ਨੀ, ਇਹਨੂੰ ਮਿੰਟ ਮਾਰ ਕੇ ਤਿਆਰ ਕਰਕੇ ਲਿਆ ਬਾਦਸ਼ਾਹ ਨੂੰ। ਨਹੀਂ ਆਪਾਂ ਨਾ ਵੇ ਫਿੱਟੇ ਮੂੰਹ ਤੁਹਾਡਾ, ਇਹ ਬਾਦਸ਼ਾਹ। ਚੱਲ ਜਾ ਜਾ, ਨੀ ਇਹਨੂੰ ਫੜ, ਇਹਨੂੰ ਤਿਆਰ ਕਰਕੇ ਲਿਆ, ਤਿਆਰ ਕਰਕੇ ਲਿਆ। ਆ ਪੱਗ ਬਾਦਸ਼ਾਹ ਦੀ ਪਿਆਰ ਨਾਲ ਉੱਥੇ ਰੱਖ, ਮੈਂ ਕਰ ਲਵਾਂ, ਮੈਂ ਤੇਰੇ ਮੂੰਹ ਦੇ ਉੱਤੇ ਮਾਰਾਂਗੀ ਏਡੀ, ਤੂੰ ਕਰ ਲਵੇਂ ਬਾਦਸ਼ਾਹ ਦੀ ਪੱਗ। ਆ ਤੇ ਉਹੀ ਨੀ ਜਿਹੜਾ ਆਪਣੇ ਚੋਂ ਰਿਟਾਇਰ ਹੋ ਗਿਆ ਸੀ, ਮੈਨੂੰ ਬਾਦਸ਼ਾਹ ਨੇ ਰੱਖ ਲਿਆ ਸੀ। ਨੀ ਬੁੱਢੀ ਖੁੱਗੀ, ਤੇਰੇ ਵਾਸਤੇ ਸਾਡੇ ਕੋਲ ਜਗ੍ਹਾ ਕੋਈ ਨੀ ਗੀ, ਮੈਂ ਵੀ ਬਾਦਸ਼ਾਹ ਦੇ ਨਾਲ ਹੀ ਰਹਿਣਾ। ਚਲੋ ਇਹਨੂੰ ਰੱਖ ਲੈਣੇ, ਪੈਸੇ ਪੂਸੇ ਚੁੱਕਦਾ ਰਹੇਗਾ ਆਪੇ। ਪਹਿਲੇ ਨੀ ਸੀ ਆਪਣੇ ਨਾਲ ਜਿਹੜੀ ਕੰਮ ਕਰਦੀ ਸੀ,
ਹੁਣ ਬੁੱਢੀ ਹੋ ਗਈ ਹੈ। ਚਲੋ ਇੰਜ ਕਰਨੇ ਨੂੰ ਰੱਖ ਲੈਂਦੇ ਆ ਪੈਸੇ ਪੂਸੇ ਚੁੱਗਣ ਵਾਸਤੇ। ਵੇ ਲਾ ਪੱਗ ਫਿੱਟੇ ਮੂੰਹ ਤੇਰਾ ਵੇ, ਬਾਦਸ਼ਾਹ ਦੀ ਪੱਗ ਸਿਰ ਤੇ ਰੱਖ ਕੇ ਬੈਠਾ ਹੋਇਆ। ਠੁਮਕਾ ਤੇ ਲਾ ਕੇ ਵਹਾ ਮਾੜਾ ਜਾ ਵੇ। ਬਾਦਸ਼ਾਹ ਮੈਂ ਤੈਨੂੰ ਇੱਕ ਗੱਲ ਦੱਸਾਂ, ਸਿੱਧਾ ਹੋ ਕੇ ਬਹਿ ਇੱਥੇ, ਬਾਦਸ਼ਾਹ ਤੇ ਨੀ ਬੈਠਾ, ਏਡਾ ਤੂੰ ਤਖ਼ਤ ਤੇ ਆ ਕੇ ਬੈਠਾ ਹੈ, ਮੇਰੀ ਗੱਲ ਸੁਣ ਲਾ। ਮੈਂ ਤੁਹਾਨੂੰ ਸਾਰੀਆਂ ਨੂੰ ਇੱਕ ਗੱਲ ਕਰਨ ਲੱਗੀ ਹਾਂ, ਜੇ ਗੁੱਸਾ ਨਾ ਕਰੋ ਤਾਂ। ਆ ਬਾਦਸ਼ਾਹ ਮੇਰੇ ਨਾਲੋਂ ਚੰਗਾ ਗੁਰੂ ਲੱਗਣ ਡਿਆ ਹੈ, ਆਪ ਅੰਗੂਠੀ ਨਾ ਪਾ। ਨਹੀਂ 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 ਵੇ ਬਾਦਸ਼ਾਹ, ਨਾ ਤੂੰ ਗੁੱਸਾ ਕਰੇਂਗੀ, ਨਹੀਂ ਤੂੰ ਤੂੰ ਇੱਕ ਮਾਨ ਸਮਾਲ। ਨਹੀਂ ਨਹੀਂ ਆ ਅੰਗੂਠੀ ਮੈਂ ਪਾਉਣ ਡਈ ਹਾਂ ਤੈਨੂੰ, ਤੇ ਅੱਜ ਤੂੰ ਗੁਰੂ ਤੂੰ ਹੈ ਸਾਡਾ, ਠੀਕ ਹੈ ਨਾ। ਲੈ ਅੱਜ ਤੂੰ ਗੁਰੂ ਤੂੰ ਹੈ ਸਾਡਾ, ਠੀਕ ਹੈ ਨਾ। ਅੱਛੇ ਖਾਨਦਾਨੀ ਹੈ, ਇਹ ਖਾਨਦਾਨੀ ਅੰਗੂਠੀ ਹੈ ਸਾਡੀ। ਤੇਰੇ ਗੁਰੂ ਤੈਨੂੰ ਪਾਈ, ਮੇਰੇ ਗੁਰੂ ਨੇ ਮੈਨੂੰ ਪਾਈ, ਤੇ ਹੁਣ ਮੈਂ ਤੈਨੂੰ ਗੁਰੂ ਬਣਾਇਆ। ਪਾਈ ਪੁਆਈ ਚ ਮੇਰੇ ਕੋ ਆ ਗਈ। ਹਾਂ ਪਾਈ ਪੁਆਈ ਤੈਨੂੰ ਆ ਗਈ, ਠੀਕ ਹੈ ਨਾ। ਹੁਣ ਮਾੜਾ ਜਿਹਾ ਨਾ ਮੇਰੀਆਂ ਚੇਲੀਆਂ ਦਾ ਆ ਚੇਲੀਆਂ ਨੇ ਮੈਨੂੰ ਪੈਰ ਵਿਖਾਓ, ਮੈਂ ਬੜੀ ਥੋੜੀ ਤੇ ਤੱਤੀ ਖੁਸਰੀ ਆ, ਪੈਰ ਵਿਖਾਓ ਮੈਨੂੰ। ਇਹ ਮਿੰਨਾ ਹੀ ਆ ਕੇ ਉੱਠ ਨਹੀਂ ਤਾਂ ਉੱਠੇ, ਬਕਵਾਸ ਨਾ ਕਰ ਗਿਓ ਨਹੀਂ ਉੱਠ। ਹੁਣ ਉੱਠਦੇ ਆਏ ਇਹ ਹੁਣ ਤੁਹਾਡਾ ਇਹ ਬਾਦਸ਼ਾਹ ਸਲਾਮਤ ਨਹੀਂ ਰਹਿ। ਨੱਚੇ ਕੁੱਤੀ ਉੱਠ ਨੱਚ ਨਹੀਂ, ਮਾੜਾ ਜਿਹਾ ਠੁਮਕਾ ਵਿਖਾ ਦੇ, ਤੁਹਾਡਾ ਗੁਰੂ ਹੈ। ਹਾਏ ਹਾਏ ਗੂੰਗੀ ਹੈ, ਮੂੰਹ ਨਾ ਬੋਲ। ਨਹੀਂ ਤੂੰ ਗਾਣਾ ਗਾ, ਨਹੀਂ ਤੂੰ ਗਾਣਾ ਗਾ, ਨਹੀਂ ਛੱਪੋ, ਚੱਲ ਗਾਣਾ ਗਾ। ਅਸਫਤ ਚੁਣ ਕੇ ਯਾਰ ਬਣਾਇਆ ਸ਼ੌਕਾਂ ਦਾ, ਕੀੜਾ ਵਰਦਾਨ। ਹਾਏ ਹਾਏ ਵੇ ਗੁਰੂ ਤੂੰ ਤੇ ਚਸ ਕਰਾਉਣ ਲਿਆ ਮੈਨੂੰ। ਚੱਲ ਬਸ ਕਰ ਨਹੀਂ ਥਿਆ ਬੈ, ਤੂੰ ਉੱਠ ਹੁਣ, ਤੂੰ ਨਹੀਂ ਜ਼ਮੀਨ ਪੁੱਟਣ ਨਹੀਂ ਹੈ। ਗਾ ਵੀ ਤੇ ਨੱਚ ਵੀ, ਚੱਲ ਇਹਨੂੰ ਵਿਕਾ ਦੇ। ਓਏ ਇਹ ਬੇਕਾਰ ਹੈ, ਇਹ ਤੇ ਨਵਾਂ ਆਇਆ ਹੈ ਹਲੇ, ਇਹਨੂੰ ਕੀ ਪਤਾ। ਇਹਨੂੰ ਤਾਂ ਵੇਖ ਕੇ ਪੈਸੇ ਅਗਲੇ ਨੇ ਕੋਈ ਨਹੀਂ ਕੱਢਦੇ। ਤੈਨੂੰ ਗਾਣਾ ਵੀ ਆਉਂਦਾ? ਨਹੀਂ ਨਹੀਂ ਇਹਨੂੰ ਇੱਕ ਵਾਰੀ ਕਹਿ ਦੇ, ਨਹੀਂ ਮਾੜਾ ਜਿਹਾ ਠੁਮਕਾ ਲਾ ਕੇ ਵਹਾ ਦੇ, ਇਹਨੂੰ ਜ਼ਿੱਦ ਕਰਨ ਡਈ ਹੈ। ਨਹੀਂ ਗਾਣਾ ਗਾਵੇ ਨਾ ਇੱਕ, ਨੱਚੇ ਇੱਥੇ ਠੁਮਕਾ ਇਹਨੇ ਨਹੀਂ ਖਾਇਆ। ਚੱਲ ਇੱਕ ਠੁਮਕਾ, ਮੈਨੂੰ ਗਰਮੀ ਲੱਗੀ ਜਾਂਦੀ ਹੈ। ਤੇਰੇ ਠੁਮਕੇ ਦੇ ਤਾਂ ਫੈਨ ਲੋਕੀ ਬੜੇ ਨੇ, ਤੂੰ ਮਾਰ ਕੇ ਵਹਾ। ਚੱਲ ਨੱਚ ਗਾਂਗਾ ਪੱਤੀਆਂ ਵੇ ਮਾਹ ਸਭ ਮਾਰ ਸੰਗਲਾਨਾ, ਪਿੱਤਲ ਬਣਾਏ ਸੋਨਾ ਬਨ ਸੋ ਮਲਾਨਾ। ਆਏ ਹਾਏ ਆਏ ਵੇ ਗੁਰੂ, ਨਵੇਂ ਗੁਰੂ ਮਜ਼ਾ ਆ ਰਿਹਾ। ਚੱਲ ਨੀ ਮਾੜਾ ਠੁਮਕਾ ਮਾਰ ਕੇ ਵਹਾ। ਸ਼ਰਮਾਂਦੀ ਇੱਕ ਬਹੁਤ ਹੈ ਬਾਦਸ਼ਾਹ, ਨੱਚ ਵੀ ਬੋਲਣਾ ਸਿੱਖ ਲੈ ਪਹਿਲੇ, ਗੁਰੂ ਤੇ ਬਣ ਕੇ ਬਹਿ ਗਏ। ਮੈਂ ਪਹਿਲੇ ਬਾਦਸ਼ਾਹ ਸੀ ਨਹੀਂ, ਇਸ ਲਈ ਆਸ਼ਤਾ ਹੀ ਆਊਗਾ। ਜਿੱਦਾਂ ਜਿੱਦਾਂ ਵਿੱਚ ਜਰਾ ਅਸੀਂ ਮੰਨਦੇ ਕਿ ਉਦਾਂ ਉਦਾਂ ਸਿਆਸੀ ਜਰਾ ਅਸੀਂ ਮਾਝੀ ਤੇ ਵਿੱਚ ਲਾਂਚ ਹੋ ਜਾਣਗੇ, ਟੈਨਸ਼ਨ ਨਾ ਲਈ। ਗੰਦੀ ਖੁਸ਼ੀ